ਵੀਰੇ ਕੀ ਨਾਂ ਤੇਰਾ? ਮੇਰਾ ਨਾਂ ਰਾਜੀ ਜੋਸ਼ਨ ਭਾਈ। ਵੀਰੇ ਜਿੰਦਾ ਕਤਲ ਕੀਤਾ ਕੀ ਸੀ ਤੇਰੇ? ਮੇਰੀ ਵਾਈਫ ਜੀ। ਕਿੰਨੇ ਕਤਲ ਕੀਤਾ ਤੇ ਕਿਉਂ ਕਤਲ ਕੀਤਾ ਵੀਰੇ? ਇਹ ਕੱਲ ਨਾ ਮੇਰੇ ਨੇ ਘਰ ਦੀ ਬਾਜ਼ਾਰ ਗਈ ਉੱਥੇ, ਉਹਦੀ ਮੰਮੀ ਮਿਲੀ, ਉਹਦੀ ਭੈਣ, ਉਹਦੀ ਮੰਮੀ ਤੇ ਮਿਲੀਆਂ ਤੇ ਉਹਦੇ ਚਪੇੜਾ ਚਪੂੜਾ ਮਾਰਨ ਲੱਗੀਆਂ ਸੀ ਤੇ ਕੱਲ 181 ਦਰਖਾਸਤ ਦਿੱਤੀ ਆ, ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਉਹਦੇ ਭਰਾ ਦੋਵੇਂ ਜਣੇ ਆਏ ਆ, ਉਹਦੇ ਪਹਿਲਾਂ ਵੱਡੇ ਭਰਾ ਸ਼ਕਤੀ ਨੇ ਕਿਹਾ ਸੀ ਵੀ ਤੈਨੂੰ ਅਸੀਂ 2 ਮਹੀਨੇ ਬਾਅਦ ਮਰਵਾ ਦੇਣਾ, ਮੈਂ ਸੈਡ ਤੇ ਹੀ ਰਹਿਣ ਆ। ਹੁਣ ਉਹਨਾਂ ਨੇ ਆ ਕੇ ਇੱਥੇ ਕੁੜੀ ਖਲੋਤੀ ਦਵਾਈ ਲੈਣ ਚੱਲੀ ਮੰਮੀ ਮੇਰੀ ਨਾਲ, ਘਰੋਂ ਕੱਢ ਕੇ ਬੂਹੇ ਅੱਗੋਂ ਲੈ ਗਏ ਆ, ਧੌਣ ਤੇ ਦਾਤਰ ਮਾਰੀ ਗਈ, ਮੰਮੀ ਛਡਾਉਂਦੇ ਰਹੇ, ਮੰਮੀ ਦੇ ਮਾਰੇ ਨੇ ਹੱਥਾਂ ਦੇ ਦਾਤਰ ਆ ਚੀਜ਼ਾਂ ਦੇ, ਕਹਿੰਦੇ ਸਾਡੇ ਕੋਲ ਵਾਧੂ ਪੈਸੇ, ਅਸੀਂ ਵਾਧੂ ਸਮਾਨ ਵੇਚਿਆ, ਅਸੀਂ ਜਮਾਤ ਆਪ ਕਰਾ ਹੀ ਲੈਣੀਆਂ ਵਾ। ਪ੍ਰੇਮ ਵਿਆਹ ਕਰਾਇਆ ਸੀ? ਹਾਂਜੀ ਪ੍ਰੇਮ ਵਿਆਹ ਕਰਾਇਆ। ਤੇਰੀ ਘਰ ਦੀ ਕੀ ਨਾਂ? ਸਨੇਹਾ ਜੋਸ਼ਨ। ਤੇ ਕੀ ਮੰਗ ਕਰਦੇ ਜੋ ਤੁਸੀਂ? ਹੁਣ ਆਪਾਂ ਇਨਸਾਫ਼ ਦੀ ਮੰਗ ਕਰਦੇ ਵੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਤੁਹਾਨੂੰ ਵੀ ਧਮਕੀ ਧਮਕੀ ਦੇ ਰਹੇ, ਤੁਹਾਨੂੰ ਵੀ ਧਮਕੀ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ, ਤੁਹਾਨੂੰ ਮੈਨੂੰ ਵੀ ਦੇਖ ਕੇ ਧਮਕੀ, ਕਹਿੰਦੇ ਉਹ ਨਗਲਾ ਨੰਬਰ 13 ਗੋਲੀਆਂ ਮਾਰ ਲਿਆ ਤੇਰੇ, ਪਿਸਤੌਲ ਵਿਖਾ ਗਏ ਮੈਨੂੰ, ਅੰਦਰ ਕੁੰਡਾ ਮਾਰਤਾ ਸੀ ਇਹਨਾਂ ਨੇ। ਪ੍ਰੇਮ ਵਿਆਹ ਕਿੱਥੇ ਕਰਾਇਆ? ਹਾਈਕੋਰਟ ਕਰਾਇਆ? ਹਾਈਕੋਰਟ ਕਰਾਇਆ। ਕੋਈ ਪੁਲਿਸ ਪ੍ਰੋਟੈਕਸ਼ਨ ਮਿਲੀ ਜੀ ਉੱਥੋਂ ਤੁਹਾਨੂੰ? ਹਾਂਜੀ ਮਿਲੀ ਹੈ। ਕੀ ਨਾਮ ਭੈਣ ਜੀ ਤੁਹਾਡਾ? ਮੇਰਾ ਨਾਮ ਕਿਰਨ ਜੋਸ਼ਨ। ਭੈਣ ਜੀ ਜਿਹੜਾ ਕਤਲ ਹੋਇਆ ਕੀ ਲੱਗਦਾ ਤੁਹਾਡੇ? ਮੇਰੀ ਨੌਂ ਸੀ। ਕਿਉਂ ਕਤਲ ਕੀਤਾ ਤੇ ਕਿਹਨੇ ਕੀਤਾ ਕਤਲ? ਉਹਦੇ ਭਰਾ ਨੇ ਕੀਤਾ, ਅਮਰ ਨੇ ਤੇ ਰੋਹਿਤ ਨੇ। ਅੱਛਾ। ਮੇਰੇ ਮੁੰਡੇ ਨੇ ਵੀ ਮਾਰਨ ਆਏ ਪਿਸਤੌਲ ਲੈ ਕੇ, ਇਹਨੂੰ ਮੈਂ ਅੰਦਰ ਵਾੜ ਦਿੱਤਾ ਦਬਾ ਦਬ, ਬਾਜ਼ਾਰ ਚ ਧੋ ਕੇ ਲੈ ਗਏ ਸਾਰੇ ਬਾਜ਼ਾਰ ਚੌਂਕ ਵਿੱਚ ਮਾਰਿਆ। ਇਹਨੂੰ ਕਹਿੰਦੇ ਹੁਣ ਤੇਰਾ ਨੰਬਰ ਲੱਗਣਾ ਹੈ। ਕਹਿੰਦੇ ਸ਼ਕਤੀ ਨੇ ਵੀ ਧਮਕੀ ਦਿੱਤੀ ਉਹਨੂੰ 2 ਮਹੀਨੇ ਪਹਿਲਾਂ, ਕਹਿੰਦੇ 2 ਮਹੀਨੇ ਤੈਨੂੰ ਮਾਰ ਦੇਣਾ। ਜੈਨ ਮਾਡਲ ਸਕੂਲ ਵਿੱਚ ਇਹਨੇ ਧਮਕੀ ਦਿੱਤੀ ਸੀਗੀ। ਤੁਹਾਡੇ ਬੇਟੇ ਨੇ ਪ੍ਰੇਮ ਵਿਆਹ ਕਰਾਇਆ ਤਾਂ ਮਾਰਿਆ ਇਹਨੂੰ? ਹਾਂਜੀ। ਕੀ ਮੰਗ ਕਰਦੇ ਹੁੰਦੇ ਤੁਸੀਂ? ਇਨਸਾਫ਼ ਚਾਹੁੰਦੇ ਹਾਂ ਸਾਰੇ, ਅਸੀਂ ਤੇ ਉਹਦੀਆਂ ਜਿਹੜੀਆਂ ਜਮੀਨ ਲਾਈਆਂ